ਇਸ ਵਾਰੀ ਅਰਦਾਸ ਕਰਨ ਦੇ ਵਿੱਚ ਕੀ ਲੈ ਕੇ ਆ ਰਹੇ ਨੇ, ਕੀ ਇਹ ਸਬਜੈਕਟ ਫਿਲਮ ਬਣਾਉਣ ਦੌਰਾਨ ਕਿਸ ਤਰ੍ਹਾਂ ਦਾ ਰਿਹਾ ਤਜਰਬਾ, ਆਓ ਆਪਾਂ ਸੁਣੀਏ ਗੁਰਪ੍ਰੀਤ ਧੁੱਗੀ ਭਾਅ ਜੀ ਦੀ ਜ਼ੁਬਾਨ। ਆਓ ਭਾਅ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਨੀਲ ਜੀ, ਵੈਲਕਮ ਯੂ ਹੇਅਰ। ਤੁਹਾਡੇ ਆਉਣ ਨਾਲ ਵੱਡਾ ਵੱਡਾ ਤਾਂ ਪਹਿਲੋਂ ਸੀ, ਸੋਹਣਾ ਕਿੰਨਾ ਹੋ ਗਿਆ। ਖੂਬਸੂਰਤ ਲੋਕ, ਖੂਬਸੀਰਤ ਲੋਕ, ਇਹ ਖੂਬਸੂਰਤ ਵੀ ਨੇ, ਖੂਬਸੀਰਤ ਵੀ ਨੇ। ਬੰਦੇ ਦੀ ਕਲਾ ਦੇ ਵਿੱਚੋਂ ਉਹਦੀ ਜਿਹੜੀ ਓਰਿਜਨੈਲਿਟੀ ਹੈ, ਉਹਦੀ ਜਿਹੜੀ ਅਸਤੀ ਹੈ, ਉਹਦੀ ਕਲਾ ਦੇ ਵਿੱਚੋਂ ਜੇ ਨਜ਼ਰ ਨਹੀਂ ਆਉਂਦੀ ਫਿਰ ਉਹ ਝੂਠਾ ਕਲਾਕਾਰ ਹੈ, ਫਿਰ ਉਹ ਕਲਾਕਾਰ ਹੀ ਨੇ। ਸੁਨੀਧੀ ਜੀ ਜਦੋਂ ਗਾਉਂਦੇ ਨੇ, ਇਹਨਾਂ ਦੇ ਗਾਉਣ ਦੇ ਵਿੱਚੋਂ, ਇਹਨਾਂ ਦੇ ਲਫ਼ਜ਼ਾਂ ਦੇ ਵਿੱਚੋਂ, ਇਹਨਾਂ ਦੇ ਫਲੋ ਦੇ ਵਿੱਚੋਂ ਇਹਨਾਂ ਦੀ ਉਹ ਪਰਸਨੈਲਿਟੀ ਵੀ ਨਜ਼ਰ ਆਉਂਦੀ ਹੈ। ਔਰ ਤੁਸੀਂ ਹਮੇਸ਼ਾ ਪੰਜਾਬੀ ਇੰਡਸਟਰੀ ਲਈ ਬੜੇ ਕਾਇੰਡ ਰਹੇ ਹੋ। ਥੈਂਕ ਯੂ ਸੋ ਵੈਰੀ ਮੱਚ। ਸਾਨੂੰ ਤੁਹਾਡੇ ਵਰਗੇ ਲੋਕਾਂ ਦੀ ਲੋੜ ਹੈ। ਔਰ ਮੈਂ ਸਾਰੇ ਕਲਾਕਾਰ, ਮੇਰਾ ਪੂਰਾ ਇਸ ਵੇਲੇ ਪਰਿਵਾਰ ਬੈਠਾ, ਮੇਰੀ ਪੂਰੀ ਇੰਡਸਟਰੀ ਇੱਥੇ ਬੈਠੀ ਹੈ। ਮੈਂ ਸਿਰਫ ਇੱਕੋ ਨਾਮ ਲਵਾਂਗਾ ਕਿ ਜਦੋਂ ਭਾਅ ਜੀ ਯੋਗਰਾਜ ਹੋਣੀ ਸਾਡੇ ਕੋਲ ਹੈਗੇ ਨੇ ਤਾਂ ਇੱਕ ਬਾਪ ਵਰਗਾ ਤੁਹਾਨੂੰ ਆਸਰਾ ਮਿਲਦਾ ਪੂਰੀ ਇੰਡਸਟਰੀ ਨੂੰ। ਸੋ ਇਹਨਾਂ ਦਾ ਨਾਮ ਲੈ ਕੇ ਮੈਂ ਸਾਰੇ ਨਾਮ ਉੱਚੇ ਕਵਰ ਹੋ ਗਏ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਭਾਅ ਜੀ ਨਾਲ ਅੱਗੇ ਬਹੁਤ ਵਾਰੀ ਕੰਮ ਕੀਤਾ, ਪਰ ਇਹੋ ਜਿਹੀ ਫਿਲਮ, ਅਰਦਾਸ ਵਰਗੀ ਫਿਲਮ ਦੇ ਵਿੱਚ ਜਦੋਂ ਸਾਡੇ ਨਾਲ, ਇਹ ਦੇਖੋ ਦੋ ਪੀੜ੍ਹੀਆਂ ਜੁੜ ਗਈਆਂ। ਯੋਗ ਭਾਅ ਜੀ ਦਾ ਯੁੱਗ ਕਦੋਂ ਸ਼ੁਰੂ ਹੋਇਆ ਸੀ ਅਤੇ ਅੱਜ ਅਸੀਂ ਇਸ ਯੁੱਗ ਦੇ ਆਰਟਿਸਟ ਇਹਨਾਂ ਨਾਲ ਜੁੜੇ ਹਾਂ, ਅੱਜ ਵੀ ਸਾਨੂੰ ਬਲੈਸਿੰਗਸ ਦੇ ਰਹੇ ਨੇ, ਬਹੁਤ ਵੱਡੀ ਗੱਲ ਹੈ ਸਾਡੇ ਵਾਸਤੇ। ਅਰਦਾਸ ਇੱਕ ਬਹੁਤ ਵੱਡੀ ਸਕਸੈਸਫੁੱਲ ਫਿਲਮ ਸੀ। ਗਿੱਪੀ ਛੋਟਾ ਵੀਰ ਹੈ ਮੇਰਾ, ਜਦੋਂ ਪਹਿਲੀ ਅਰਦਾਸ ਇਹਨਾਂ ਨੇ ਮੈਨੂੰ ਸੁਣਾਈ ਸੀ, ਮੈਂ ਬੜੀ ਇੰਟਰਵਿਊਜ਼ ਦੇ ਵਿੱਚ ਵੀ ਇਹ ਕਹਿ ਚੁੱਕਾ ਕਿ ਅਸੀਂ ਇਹਨਾਂ ਦੇ ਕੋਠੇ 'ਤੇ ਛੱਤ 'ਤੇ ਸਾਈਡ 'ਤੇ ਬੈਠੇ ਹੋਏ ਸੀ, ਮੈਨੂੰ ਇਹਨੇ ਬੁਲਾਇਆ, ਮੈਂ ਕਹਿ ਲਓ ਜੀ ਕੈਰੀਅਰ ਜੱਟਾ ਬੜੀ ਕਾਮਯਾਬ ਹੋਈ ਸੀ ਅਤੇ ਕੋਈ ਨਵਾਂ ਇੱਦਾਂ ਦਾ। ਮੈਮ ਨਿਰਮਲ ਰਿਸ਼ੀ ਜੀ, ਅਦਰ ਸਤਿਕਾਰ ਜੀ ਮੇਰੇ ਵੱਲੋਂ, ਮੈਂ ਕਿਹਾ ਕੋਈ ਇੱਦਾਂ ਦੀ ਨਵੀਂ ਫਿਲਮ ਹੋਣੀ ਹੈ, ਚਲੋ ਵਧੀਆ ਗੱਲ ਜਾ ਕਰਦੇ। ਜਦੋਂ ਇਹਨਾਂ ਫਿਲਮ ਸੁਣਾਉਣੀ ਸ਼ੁਰੂ ਕੀਤੀ ਤਾਂ ਮੈਨੂੰ ਦੰਦਲਾਂ ਪੈਣ ਵਾਲੀਆਂ ਹੋ ਗਈਆਂ ਕਿ ਇਹ ਕਿਹੜਾ ਸਬਜੈਕਟ ਸੁਣਾਏ ਜਾਂਦੇ ਗਿੱਪੀ ਨੂੰ, ਤਾਂ ਮੈਨੂੰ ਤਾਂ ਦੋਵਾਂ ਨੂੰ ਸੂਟ ਹੀ ਨਹੀਂ ਕਰਦਾ ਹੈ। ਅਰਦਾਸ ਜਿਹੜੀ ਸਾਡੀ ਪਹਿਲੀ ਆਈ ਸੀ, ਔਰ ਜਿੱਦਾਂ ਇਹ ਮੈਨੂੰ ਸੁਣਾ ਰਹੇ ਸੀ, ਮੈਂ ਡਰ ਰਿਹਾ ਸੀਗਾ ਕਿ ਇਹ ਸਬਜੈਕਟ ਭਾਅ ਜੀ ਕਿਉਂ ਮੇਰੇ 'ਤੇ ਐਕਸਪੈਰੀਮੈਂਟ ਕਰਨਾ ਚਾਹੁੰਦੇ ਗੁਰਮੁਖ ਸਿੰਘ ਵਾਲਾ ਕਰੈਕਟਰ। ਉਦੋਂ ਤੱਕ ਫਿਲਮ ਸੁਣਨ ਤੱਕ ਤਾਂ ਸਾਰਾ ਕੁਝ ਠੀਕ ਸੀ, ਪਰ ਜਦੋਂ ਮੈਨੂੰ ਇਹ ਪਤਾ ਲੱਗਾ ਡਾਇਰੈਕਟਰ ਵੀ ਆਪ ਕਰਨਾ ਚਾਹੁੰਦੇ, ਮੇਰਾ ਦਿਲ ਕਰੇ ਇਹਨਾਂ ਦੀ ਰੇਲਿੰਗ ਤੋਂ ਛਾਲ ਮਾਰ ਦਿਆਂ ਥੱਲੇ, ਕਿਉਂ ਕਰ ਕਿੱਦਾਂ ਜਾਵਾਂ, ਨਾ ਕੀਤੀ ਨਹੀਂ ਜਾਣੀ। ਹਾਂਜੀ, ਅਤੇ ਹਾਂ ਕਿਹੜੇ ਮੂੰਹ ਨਾਲ ਕਰਾਂ, ਕੀ ਕਹਾਂ ਭਾਅ ਜੀ, ਤੁਸੀਂ ਡਾਇਰੈਕਟ ਕਰੋ, ਉਹ ਵੀ ਇਹੋ ਜਿਹੀ ਫਿਲਮ ਜਾਂ ਕਾਮੇਡੀ ਹੁੰਦੀ ਤਾਂ ਰਲ ਮਿਲ ਕੇ ਚਲੋ ਬਣਾ ਦਿੰਦੇ, ਕੋਈ ਗੱਲ ਨਹੀਂ ਸੀ। ਬਟ ਉਹ ਫਿਰ ਮੈਂ ਕਹਿੰਦਾ ਬੜੀ ਸੋਹਣੀ ਗੱਲ, ਛੋਟੀ ਜਿਹੀ ਪ੍ਰਸਾਈਜ਼ ਜੀ ਕਰਾਂਗਾ ਮੈਂ, ਇੱਕ ਤੁਸੀਂ ਵੀ ਸੁਣਿਆ ਹੋਣਾ ਨੈੱਟ 'ਤੇ ਵੀ ਬੜਾ ਚੱਲਦਾ, ਕਹਿੰਦੇ ਉਹ ਗਵਾਲਣ ਸੀ ਨਾ, ਅਤੇ ਲਾਹੌਰ ਦੀ ਗੱਲ ਸੁਣਾਉਂਦੇ, ਗਵਾਲਣ ਸੀ ਕੋਈ, ਤਾਂ ਦੁੱਧ ਵੇਚਦੀ ਸੀ, ਲੋਕ ਆਉਣ ਅਤੇ ਪੈਸੇ ਬਣਾਉਣ ਅਤੇ ਮਿਣ ਮਿਣ ਕੇ ਭੱਪ ਕੇ ਨਾ ਦੁੱਧ ਪਾਈ ਜਾਵੇ। ਕਹਿੰਦੇ ਬੜਾ ਖੂਬਸੂਰਤ ਜਿਹਾ ਮੁੰਡਾ ਆਇਆ, ਉਹਨੇ ਆ ਕੇ ਉਹਦੀ ਮੁੱਠੀ 'ਚ ਕੁਝ ਫੜਾਇਆ, ਉਹਨੂੰ ਪੈਸੇ ਜੇ ਉਹਨੇ ਫੜ ਕੇ ਬਿਨਾਂ ਵੇਖੇ ਗੱਲੇ 'ਚ ਰੱਖ ਲਏ ਅਤੇ ਭੱਪਕਾ ਫੜਿਆ, ਜਦ ਤੱਕ ਉਹਦਾ ਡੋਲ ਭਰ ਨਹੀਂ ਗਿਆ ਦੁੱਧ ਪਾਈ ਗਈ। ਉਹ ਲਾਗੇ ਖਲੋਤੇ ਸੀ ਬਾਬਾ ਬੁੱਲੇ ਸ਼ਾਹ, ਕਹਿੰਦੇ ਉਹਨਾਂ ਕੋਲੋਂ ਰਿਹਾ ਨਹੀਂ ਗਿਆ, ਕਹਿੰਦੇ ਬੀਬਾ ਸਮਝ ਨਹੀਂ ਆਈ ਵੀ ਲੋਕ ਆਉਂਦੇ ਨੇ ਪਹਿਲਾਂ ਪੈਸੇ ਗਿਣਦੀ ਆ, ਮਿਣ ਕੇ ਦੁੱਧ ਪਾਉਣੀ ਆ, ਮੁੰਡਾ ਆਇਆ ਅਤੇ ਹੁਣ ਪਤਾ ਨਹੀਂ ਕੀ ਫੜਾਇਆ, ਤੂੰ ਚੁੱਪ ਕਰਕੇ ਰੱਖ ਲਿਆ ਅਤੇ ਡੋਲੋ ਪੂਰਾ ਭਰਤਾ। ਕਹਿੰਦੀ ਉਹ ਮੇਰਾ ਸੱਜਣ ਸੀ, ਜਿੱਥੇ ਸੱਜਣ ਹੋ ਉੱਥੇ ਗਿਣਤੀਆਂ ਮਿਣਤੀਆਂ ਨਹੀਂ ਹੁੰਦੀਆਂ। ਮੈਂ ਕਿਹਾ ਬੰਦਾ ਐਡਾ ਵੱਡਾ ਰਿਸਕ ਲੈ ਰਿਹਾ, ਆਪਾਂ ਸਾਰਿਆਂ ਨੇ ਥੋੜ੍ਹਾ ਥੋੜ੍ਹਾ ਰਿਸਕ ਲੈਣਾ, ਚਲੋ ਫਿਰ ਲੈਂਦੇ ਹਾਂ। ਪਰ ਹੈਡਸ ਆਫ ਟੂ ਗਿੱਪੀ ਗਰੇਵਾਲ, ਮੇਰਾ ਅਦਬ ਇਸ ਦੋਸਤ ਲਈ ਹੋਰ ਵੱਧ ਗਿਆ ਕਿ ਇਹਨੇ ਮੇਰੇ ਕਰੀਅਰ ਦੀ, ਮੈਨੂੰ ਜ਼ਿੰਦਗੀ ਦੀ ਬਿਹਤਰੀਨ ਫਿਲਮ ਦਿੱਤੀ ਗਿੱਪੀ ਗਰੇਵਾਲ। ਅਰਦਾਸ ਮੇਰੀ ਜ਼ਿੰਦਗੀ ਦੀ ਪ੍ਰਾਪਤੀ ਹੈ, ਮੈਂ ਸਮਝਦਾ ਸਾਰੇ ਕਲਾਕਾਰਾਂ ਦੀ, ਪਰ ਮੇਰੇ ਲਈ ਜ਼ਿਆਦਾ ਸੀ ਕਿਉਂਕਿ ਮੇਰੇ ਲਈ ਚੈਲੇਂਜ ਬਹੁਤ ਵੱਡਾ ਸੀ, ਕਾਮੇਡੀ ਤੋਂ ਹਟ ਕੇ ਦੂਸਰੇ ਜਾਨਰ ਦੇ ਵਿੱਚ ਜਾਣਾ। ਫਿਰ ਸਾਡਾ ਸੁਪਨਾ ਸੀ ਕਿ ਅਸੀਂ ਅਰਦਾਸ 2 ਵੀ ਬਣਾਵਾਂਗੇ। ਅਰਦਾਸ 2 ਕਿੱਦਾਂ ਦੀ ਬਣੇਗੀ ਸਾਡੇ ਲਈ ਬੜਾ ਵੱਡਾ ਇੱਕ
ਇੱਕ ਕੁਐਸਚਨ ਮਾਰਕ ਸੀਗਾ। ਘੱਟੋ ਘੱਟ 5-6 ਸਬਜੈਕਟ ਇਹਨਾਂ ਨੇ ਵਿੱਚ ਵਿੱਚ ਆਪਾਂ ਡਿਸਕਸ ਕਰਦੇ ਰਹੇ, ਆਪ ਹੀ ਸੁਣ ਲਈਦੇ ਸੀ, ਆਪ ਹੀ ਐਕਸਾਈਟਡ ਹੋ ਜਾਂਦਾ ਸੀ, ਆਪ ਹੀ ਦਿਨ ਕਿ ਦਿਨ ਵਟਾ ਦਈਦੇ ਸੀ ਵੀ ਨਹੀਂ ਇਹ ਨਹੀਂ ਕਰਦਾ। ਸੋ ਫਾਈਨਲੀ ਹੀ ਰੋਟ ਅ ਵੰਡਰਫੁਲ ਸਬਜੈਕਟ। ਇਹ ਸਬਜੈਕਟ ਕਹਾਣੀਕਾਰ ਨਹੀਂ ਲਿਖ ਸਕਦੇ, ਇਹ ਕਹਾਣੀ ਨਹੀਂ ਹੈ, ਇਹ ਤਜਰਬਾ ਐਕਸਪੀਰੀਅੰਸ ਹੈ, ਇਹ ਤੁਹਾਡੀ ਸੁਸਾਇਟੀ ਦੇ ਵਰਤਾਰੇ ਦੇ ਵਿੱਚੋਂ ਲਈਆਂ ਗਈਆਂ ਉਹ ਗੱਲਾਂ ਨੇ। ਜੇ ਤੁਸੀਂ ਆਪ ਮਹਿਸੂਸ ਨਹੀਂ ਕਰ ਸਕਦੇ, ਇਹਨੂੰ ਤੁਸੀਂ ਪੈਨ ਡਾਊਨ ਨਹੀਂ ਕਰ ਸਕਦੇ, ਲਿਖ ਨਹੀਂ ਸਕਦੇ ਤੁਸੀਂ। ਸੋ ਬਹੁਤ ਕਮਾਲ ਦਾ ਇੱਕ ਸਬਜੈਕਟ ਜਦੋਂ ਤਿਆਰ ਹੋਇਆ ਅਰਦਾਸ ਕਰਾਂਗਾ, ਫਿਰ ਉਹਦੇ ਉੱਤੇ ਮੈਂ ਅੱਜ ਗੱਲ ਬੜੇ ਮਾਣ ਨਾਲ ਕਹਿਣਾ ਚਾਹੁੰਦਾ, ਸਾਡਾ ਦੋਸਤ ਸਾਡੇ 'ਚ ਅੱਜ ਇੱਥੇ ਮੌਜੂਦ ਨਹੀਂ ਕਿਉਂ ਕੈਨੇਡਾ ਬੈਠੇ ਨੇ, ਰਾਣਾ ਰਣਵੀਰ ਨਾਲ ਮੈਂ ਬਹੁਤ ਦੇਰ ਤੋਂ ਕੰਮ ਕਰਦਾ ਆ ਰਿਹਾ, ਅਰਦਾਸ ਵੀ ਕੀਤੀ। ਪਰ ਇਸ ਫਿਲਮ ਦੇ ਵਿੱਚ ਡਾਇਲੋਗ 'ਚ ਜੋ ਮੈਚਿਓਰਿਟੀ ਰਾਣਾ ਰਣਵੀਰ 'ਚ ਮੈਂ ਦੇਖੀ ਹੈ, ਮੈਂ ਅਦਬ ਨਾਲ ਉਸ ਬੰਦੇ ਅੱਗੇ ਵੀ ਸਿਰ ਝੁਕਾਉਂਦਾ, ਬਹੁਤ ਮੈਚਿਓਰਿਟੀ ਦੇ ਨਾਲ ਇਹਦੇ ਵਿੱਚ ਡਾਇਲੋਗ ਦਿੱਤੇ। ਪਰ ਆਖਰੀ ਅਰਦਾਸ ਤੋਂ ਬਾਅਦ ਅਸੀਂ ਨੈਕਸਟ ਲੈਵਲ ਟੱਚ ਕੀਤਾ ਅਤੇ ਕੋਸ਼ਿਸ਼ ਕੀਤੀ, ਬਾਕੀ ਤਾਂ ਆਡੀਅੰਸ ਦੱਸਦੀ ਹੁੰਦੀ ਹੈ, ਕੋਸ਼ਿਸ਼ ਕੀਤੀ ਸੀ। ਪਰ ਅਸੀਂ ਆਪਣਾ ਕੰਮ ਕਰਕੇ ਪਿੱਛੇ ਹਟ ਜਾਈਦਾ। ਪੋਸਟ ਪ੍ਰੋਡਕਸ਼ਨ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ, ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਅੱਜ ਤੱਕ ਕਿਸੇ ਪੰਜਾਬੀ ਫਿਲਮ 'ਚ ਇਸ ਲੈਵਲ ਦੀ ਪੋਸਟ ਪ੍ਰੋਡਕਸ਼ਨ ਆਈ ਹੋ, ਕਿਉਂਕਿ ਇਹ ਇੱਕ ਸਟੂਡੀਓ 'ਚ ਨਹੀਂ, ਮੈਨੂੰ ਲੱਗਦਾ ਇਹਨਾਂ ਨੇ ਕਦੇ ਹੈਦਰਾਬਾਦ, ਕਦੇ ਬੈਂਗਲੌਰ, ਕਿਹੜੇ ਕਿਹੜੀਆਂ ਲੈਬਸ ਵਿੱਚ ਨਹੀਂ ਗਏ, ਕਿੱਥੇ ਕਿੱਥੇ ਜਾ ਕੇ ਕੀਤੀ ਉਹਨਾਂ ਨੇ, ਜਿੱਥੇ ਕਿਤੇ ਲੋੜ ਪਈ ਫਲਾਈਟ ਫੜ ਕੇ ਹੈਦਰਾਬਾਦ ਜਾ ਕੇ ਵੀ ਛੋਟੇ ਛੋਟੇ ਪੀਸਿਸ ਤਿਆਰ ਕਰਵਾਏ ਮਿਊਜ਼ਿਕ ਦੇ। ਔਰ ਸਾਰਾ ਕੁਝ ਬਣਨ ਤੋਂ ਬਾਅਦ ਜੇ ਬੈਕਗਰਾਊਂਡ ਮਾੜਾ ਹੋਵੇ ਤਾਂ ਫਿਲਮ ਉੱਥੇ ਖਤਮ ਹੋ ਜਾਂਦੀ ਹੈ। ਮੈਂ ਅਜੇ ਤੱਕ ਦੇਖੀ ਨਹੀਂ ਆਨੈਸਟਲੀ, ਪਰ ਗਿੱਪੀ ਗਰੇਵਾਲ ਹੋਣਾ ਨੂੰ ਮੈਂ ਜ਼ਿੰਦਗੀ 'ਚ ਕਦੇ ਐਡੇ ਦਾਅਵੇ ਨਾਲ, ਇਹਨਾਂ ਨਾਲ ਮੈਂ ਬੜੀਆਂ ਫਿਲਮਾਂ ਕੀਤੀਆਂ, ਇਹਨਾਂ ਨੇ ਆਪ ਵੀ ਕੀਤੀਆਂ ਨੇ ਕਈ ਫਿਲਮਾਂ ਜਿਨ੍ਹਾਂ 'ਚ ਮੈਂ ਨਹੀਂ ਵੀ ਸੀ, ਪਰ ਇੰਨੇ ਦਾਅਵੇ ਨਾਲ ਇਹਨਾਂ ਨੇ ਕਦੇ ਨਹੀਂ ਕਿਹਾ ਕਿ ਇਸ ਵਾਰ ਜੋ ਇਸ ਫਿਲਮ ਦਾ ਬੈਕਗਰਾਊਂਡ ਮਿਊਜ਼ਿਕ ਹੈ ਉਹ ਇੱਕ ਵਾਰ ਕੰਨਾਂ ਨੂੰ ਹੱਥ ਲਵਾ ਦੇਗਾ ਵੀ ਇਸ ਤੋਂ ਉੱਪਰ ਪੰਜਾਬੀ 'ਚ ਕਹਿ। ਜਤਿੰਦਰ ਸ਼ਾਹ ਜੀ, ਥੈਂਕ ਯੂ ਸੋ ਵੈਰੀ ਮੱਚ ਕਿ ਤੁਸੀਂ ਇਸ ਫਿਲਮ ਨੂੰ ਨੈਕਸਟ ਲੈਵਲ ਦਿੱਤਾ। ਹੁਣ ਅਰਦਾਸ ਕਰਨ ਦੀ ਗੱਲ ਕਰੀਏ, ਸਾਡੇ ਲਈ ਬਹੁਤ ਟਫ ਸੀਗਾ ਜਿਹੜੇ ਹਾਲਾਤਾਂ ਦੇ ਵਿੱਚ ਜਾ ਕੇ ਅਸੀਂ ਸ਼ੂਟਿੰਗ ਕੀਤੀ, ਕਿਉਂਕਿ ਅਸੀਂ ਕੱਲ੍ਹ ਵੀ ਇੰਟਰਵਿਊ ਕਿਤੇ ਦੇ ਰਹੇ ਸੀ, ਮੈਂ ਦੱਸਿਆ ਸੀ, ਮੈਂ ਕਿਹਾ ਜੀ ਫਿਲਮ ਅਸੀਂ ਫਰਿੱਜ 'ਚ ਸ਼ੂਟ ਕਰਕੇ ਅਤੇ ਪ੍ਰਮੋਸ਼ਨ ਪੱਟੀ 'ਚ ਕਰਦੇ ਪਏ, ਇੰਨਾ ਫਰਕ ਹੈ। ਉਹ ਮੌਸਮ ਜੇਕਰ ਕਿੱਥੇ ਅਸੀਂ -25 ਦੇ ਵਿੱਚ ਸ਼ੂਟਿੰਗ ਕਰਦੇ ਰਹੇ ਹਾਂ ਅਤੇ ਕਿਤੇ ਹੁਣ 45 'ਚ ਅਸੀਂ ਇੱਥੇ ਭੱਜੇ ਫਿਰਦੇ ਹਾਂ ਜੀ, ਚਲੋ ਇੱਧਰ ਜਾਣਾ ਅਤੇ ਉੱਧਰ ਜਾਣਾ। ਸੋ ਇਹ ਇੱਕ ਤੁਹਾਡੇ ਲਈ ਹਰ ਫਿਲਮ ਇੰਨੀ ਰੂਹ ਦੇ ਕਰੀਬ ਨਹੀਂ ਹੁੰਦੀ ਜਿਹਦਾ ਦਿਲ ਕਰਦਾ ਹੁੰਦਾ ਕਿ ਇਹਦੀ ਇੰਨੀ ਕੁ ਪ੍ਰਮੋਸ਼ਨ ਕਰੀਏ ਕਿ ਦੁਨੀਆ ਦਾ ਕੋਈ ਬੰਦਾ ਇਹਨੂੰ ਦੇਖਣ ਤੋਂ ਰਹਿ ਨਾ ਜਾਵੇ। ਇਹ ਸਾਡੀ ਰੂਹ ਦੀ ਇੱਕ, ਮੈਂ ਸਮਝਦਾ ਕਿ ਐਸੀ ਸਕੂਨ ਵਾਲੀ ਗੱਲ ਹੈ, ਸਾਨੂੰ ਲੱਗਦਾ ਕਿ ਇਹ ਫਿਲਮ ਬਿਜ਼ਨਸ ਸੈਕੰਡਰੀ ਆਈਟਮ ਹੈ ਕਿ ਦੁਨੀਆ ਦਾ ਹਰ ਸ਼ਖਸ ਇਸ ਫਿਲਮ ਨੂੰ ਦੇਖੇ, ਜਿਹਨੂੰ ਵੀ ਪੰਜਾਬੀ ਸਮਝ ਆਉਂਦੀ ਹੈ ਜਾਂ ਜਿਹਨੂੰ ਫਿਲਮ ਦੀ ਸਮਝ ਹੈ, ਜ਼ਬਾਨ ਵੀ ਉੱਥੇ ਬਾਹਰ ਸਾਰੀ ਖਤਮ ਹੋ ਜਾਂਦੀ ਹੈ, ਲੈਂਗੁਏਜ ਬੈਰੀਅਰ ਖਤਮ ਹੋ ਜਾਂਦਾ ਜਿਹਨੂੰ ਫਿਲਮ ਦੀ ਸਮਝ ਹੈ। ਅਸੀਂ ਚਾਹੁੰਦੇ ਹਾਂ ਕਿ ਫਿਲਮ ਦੁਨੀਆ ਦੇ ਵਿੱਚ ਸਭ ਤੋਂ ਵੱਧ ਦੇਖੀ ਜਾਣ ਵਾਲੀ ਪੰਜਾਬੀ ਫਿਲਮ ਬਣੇ। ਔਰ ਜਦੋਂ ਅਸੀਂ ਸ਼ੂਟਿੰਗ ਕਰ ਰਹੇ ਸੀ, ਮੈਂ ਕਿੰਨਾ ਕੁ ਐਪਰੀਸ਼ੀਏਟ ਕਰਾਂ ਭਾਜੀ ਸਰਦਾਰ ਸੋਹੀ ਸਾਹਿਬ, ਰਾਣਾ ਜੰਗ ਬਹਾਦਰ, ਇਹ ਥੋੜ੍ਹੇ ਸੀਨੀਅਰ ਆਰਟਿਸਟ ਨੇ, ਸਾਨੂੰ ਡਰ ਹੀ ਲੱਗਾ ਰਹਿੰਦਾ ਸੀ ਉੱਥੇ। ਤੁਸੀਂ ਆਪੇ ਅੰਦਾਜ਼ਾ ਲਾ ਲਿਆ ਮੈਨੂੰ ਕਾਹਦਾ ਡਰ ਲੱਗਾ ਸੀ, ਨਹੀਂ ਤੁਸੀਂ ਜ਼ਿਆਦਾ ICU 'ਚ ਵੜ ਗਏ, ICU ਦੀ ਗੱਲ ਨਹੀਂ ਸੀ, ਮੈਂ ਤਾਂ ਉਰੇ ਉਰੇ ਰਹਿਣਾ ਸੀ ਥੋੜ੍ਹਾ ਜਿਹਾ। ਨਹੀਂ ਹੁਣ ਤਾਂ ਫਿਰ ਸਮਝ ਆ ਰਹੀ, ਉਦੋਂ ਸਮਝ ਨਹੀਂ ਸੀ ਆਉਂਦੀ। ਭਾਜੀ ਦੇ ਕਈ ਡਾਇਲੋਗ ਤੇ ਇੱਦਾਂ ਦੇ ਹੁੰਦੇ ਸੀ, ਅਦਲਾ ਕਿਆ ਕਿਆ ਮੈਂ ਕਿਆ ਕਿਆ ਪੈ ਗਿਆ, ਮੈਂ ਕਿਹਾ ਭਾਜੀ ਸਮਝ ਨਹੀਂ ਆਈ, ਮੈਂ ਕਿਹਾ ਗਿੱਪੀ ਨੇ ਕਿਹਾ ਭਾਜੀ ਡਾਇਲੋਗ ਇਹ ਆ, ਹਾਂਜੀ ਹਾਂਜੀ, ਮੈਂ ਤੈਨੂੰ ਕਿਹਾ ਮੈਂ ਕਿਹਾ ਭਾਜੀ ਡਾਇਲੋਗ ਇਹ ਆ, ਮੈਂ
ਡਾਇਲੋਗ ਇਹ ਨਹੀਂ ਸੀ, ਡਾਇਲੋਗ ਹੋਰ ਸੀ, ਕਹਿੰਦੇ ਬੋਲਿਆ ਕਿਹੜੇ ਗੰਜਰ ਨੂੰ ਜਾਂਦਾ ਖਲੋ ਜਾ, ਕਹਿੰਦੇ ਡਬਿੰਗ 'ਚ ਸੈੱਟ ਕਰ ਲਾਂਗੇ ਜਾ ਕੇ ਉਹਨੂੰ ਮੂੰਹ ਖਿਲਾ ਲੈਂਦੇ। ਕਿਆ ਬਾਤ ਹੈ ਸੋਹੀ ਸਾਹਿਬ, ਪਰ ਜਿੱਥੇ ਸਾਨੂੰ ਲੱਗਦਾ ਸੀ ਕਿ ਇੱਥੇ ਅਸੀਂ ਗਿੱਪੀ ਅਤੇ ਮੈਂ ਕਈ ਸਲਾਹ ਕਰਦੇ ਸੀ ਵੀ ਸੋਹੀ ਸਾਹਿਬ ਨੂੰ ਕਿੱਦਾਂ ਕਹਾਂਗੇ ਵੀ ਇੱਥੇ ਪਹੁੰਚ ਤਾਂ ਅਸੀਂ ਗਏ ਹਾਂ -35 ਦੇ ਵਿੱਚ ਅਤੇ ਸ਼ੂਟਿੰਗ ਤਾਂ ਬਾਹਰ ਨਿਕਲ ਕੇ ਕਰਨੀ ਗੱਡੀਆਂ 'ਚ ਨਹੀਂ ਕਰਨੀ, 20 ਮਿੰਟ ਇਹੀ ਸੋਚਣ 'ਤੇ ਲਾ ਰਹੇ ਤੇ ਵੀ ਸਾਨੂੰ ਸਿਆਣਿਆਂ ਨੂੰ ਕਹਿਣਾ ਕਿਵੇਂ ਵੀ ਬਾਹਰ ਨਹੀਂ ਆਉਣਾ। ਬਟ ਜਦੋਂ ਬਚਪਨ ਵਰਗੀ ਮੌਜ ਨਹੀਂ ਲੱਭਣੀ, ਅਸੀਂ -23 ਸੀ ਔਰ ਵਿੰਡ ਚਿਲ ਦੇ ਨਾਲ ਮਿਲਾ ਤਾਂ 30 ਤੋਂ ਉੱਪਰ ਉਸ ਵੇਲੇ ਮਾਈਨਸ ਸੀ ਜਿੱਥੇ ਅਸੀਂ ਇਹ ਗਾਣਾ ਸ਼ੂਟ ਕਰਨਾ ਸ਼ੁਰੂ ਕੀਤਾ ਸੀ। ਉਹਦੇ ਵਿੱਚ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਸਾਡੇ ਤੋਂ ਪਹਿਲਾਂ ਛਾਲਾਂ ਮਾਰ ਕੇ ਉੱਤੇ ਚੜੇ ਹੁੰਦੇ ਸੀ ਸੋਹੀ ਸਰ, ਇਹ ਕੋਈ ਬਚਪਨ ਦੀਆਂ ਛਾਲਾਂ ਬਸੀਆਂ ਸੀ ਜਿਹੜੀਆਂ ਹੁਣ ਮਾਰੀਆਂ ਸੀ। ਔਰ ਹਾਲਾਤ ਇਹ ਸੀ, ਮਲਕੀਤ ਰਾਣੀ ਭਾਅ ਜੀ ਇਹਨਾਂ ਦਾ ਸੀਨ ਸੀਗਾ ਉੱਥੇ, ਇੱਕ ਇਮੋਸ਼ਨਲ ਹੋਣਾ ਇਹਨਾਂ ਨੇ ਰੋਣਾ, ਉਹ ਬੰਦੇ ਨੂੰ ਰਵਾਉਣ 'ਤੇ ਸਾਨੂੰ 1.5 ਘੰਟਾ ਲੱਗ ਗਿਆ। ਜਦੋਂ ਰੋਂਦੇ ਸੀ ਇੱਥੋਂ ਅਥਰੂ ਬਾਹਰ ਆਉਂਦਾ ਸੀ, ਇੱਥੇ ਆ ਕੇ ਜੰਮ ਜਾਂਦਾ ਸੀ, ਪਰ ਅਥਰੂ ਤੋੜਨਾ ਪੈਂਦਾ ਸੀ, ਮੇਕਅਪ ਵਾਲਾ ਤਾਂ ਅਥਰੂ ਤੋੜਦਾ ਸੀ। ਮੈਂ ਕਿਹਾ ਉਹਨੇ ਦੇ ਅਥਰੂ ਤੁਸੀਂ ਕੇਰੇ ਨਹੀਂ ਜਿੰਨੇ ਤੋੜੇ ਨੇ ਅਸੀਂ, ਹੁਣ ਬੰਦਾ ਅਥਰੂਆਂ ਨੂੰ ਕਿਵੇਂ ਹੀਟ ਦੇਵੇ, ਮੈਂ ਹੁਣ ਵਿੱਚੋਂ ਜਾਂਦੇ ਤਾਰਾਂ ਪਵਾਈਆਂ ਗੱਲਾਂ ਦੇ ਵਿੱਚੋਂ ਕੋਈ ਇੱਥੇ ਕਿਤੇ ਹੀਟ ਬਣੀ ਰਹੇ। ਸੋ ਇੱਕ ਇੱਕ ਚੀਜ਼ ਨੇ ਸਾਨੂੰ ਉਦੋਂ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਸ਼ਾਰਟ ਸੀ ਜਦੋਂ ਅਸੀਂ ਪਿਕਨਿਕ ਸਪੋਟ 'ਤੇ ਬੈਠੇ ਹਾਂ, ਉਹਦੇ 'ਚ ਪਾਣੀ ਦੀਆਂ ਬੋਤਲਾਂ ਅੱਗੇ ਪਈਆਂ ਸਾਡੇ, ਉਹ ਅਸੀਂ ਹੀਟਰ ਦੇ ਅੱਗੇ ਰੱਖੀਆਂ ਸੀ, ਸਿਰਫ ਜਦੋਂ ਕੈਮਰਾ ਆਨ ਹੁੰਦਾ ਸੀ ਉਦੋਂ ਮੁੰਡੇ ਭੱਜ ਕੇ ਰੱਖਦੇ ਸੀ। ਸਾਡਾ ਮੈਨੂੰ ਲੱਗਦਾ 10 ਸੈਕਿੰਡ ਦਾ ਸ਼ਾਰਟ ਨਹੀਂ ਸੀ ਪੂਰਾ ਹੋਣ ਦਿੰਦੀਆਂ ਬੋਤਲਾਂ, ਜਿੱਦਾਂ ਹੀ ਰੱਖੀ ਦੀਆਂ ਸੀ 5-4 ਸੈਕਿੰਡ ਦੇ ਵਿੱਚ ਹੀ ਜੰਮ ਜਾਂਦੀਆਂ ਬੋਤਲਾਂ, ਐਂ ਡਿੱਗ ਪੈਂਦੀਆਂ ਸੀ, ਸ਼ਾਰਟ ਦੁਬਾਰਾ ਕਰਨਾ ਪੈਂਦਾ ਸੀ। ਅਸੀਂ ਇਹਨਾਂ ਹਾਲਾਤਾਂ 'ਚ ਕਦੇ ਕੰਮ ਨਹੀਂ ਕੀਤਾ, ਅਸੀਂ ਯੂਜ਼ ਟੂ ਨਹੀਂ ਹੈਗੇ, ਮੈਨੂੰ ਤਾਂ ਉਦੋਂ ਪਤਾ ਲੱਗਾ ਬਰਫ ਵਾਲੇ ਭਾਲੂਆਂ ਦਾ ਕੰਮ ਕਿੰਨਾ ਔਖਾ। ਸੋ ਅਸੀਂ ਯੂਜ਼ ਟੂ ਨਹੀਂ ਇਸ ਵੈਦਰ ਦੇ, ਕਦੇ ਗਏ ਨਹੀਂ, ਬਟ ਅਸੀਂ ਵਿੱਚੋਂ ਵਿੱਚੋਂ ਭਾਅ ਜੀ ਪਹਿਲੀ ਵਾਰੀ ਦੱਸਣ ਲੱਗਾ ਗਿੱਪੀ ਜੀ ਪਲੀਜ਼ ਡੋਂਟ ਮਾਈਂਡ, ਪਹਿਲਾਂ 5-7 ਦਿਨ ਗਾਲਾਂ ਵੀ ਬਹੁਤ ਕੱਢੀਆਂ ਤੁਹਾਨੂੰ, ਇਹ ਪੰਗਾ ਇੱਥੇ ਲੈਣ ਦੀ ਕੀ ਲੋੜ ਸੀ। ਪਰ ਜਿੱਦਾਂ ਜਿੱਦਾਂ ਅਸੀਂ ਸ਼ਾਰਟਸ ਦੇਖਦੇ ਗਏ, ਮੋਨੀਟਰ ਨੂੰ ਅਸੀਂ ਦੇਖਦੇ ਗਏ, ਜਿੱਦਾਂ ਜਿੱਦਾਂ ਅਸੀਂ ਗ੍ਰੇਂਜਰ ਦੇਖਦੇ ਗਏ, ਜਿੱਦਾਂ ਜਿੱਦਾਂ ਅਸੀਂ ਉਹ ਕੈਨਵਸ ਦੇਖਦੇ ਗਏ ਕਿ ਫਿਲਮ ਕਿਸ ਲੈਵਲ ਦੀ ਬਣ ਰਹੀ ਹੈ, ਉੱਥੇ ਤਾਂ ਫਿਰ ਦਿਲੋਂ ਇਹ ਅਸੀਂ ਰਾਣਾ ਜੀ ਸੋਹੀ ਸਾਹਿਬ ਅਸੀਂ ਗੱਲ ਕਰ ਰਹੇ ਸੀ ਵੀ ਇਹੋ ਜਿਹਾ ਕੰਮ ਕਰਦੇ ਕਰਦੇ ਤਾਂ ਕੋਈ ਕਰਦਾ ਸ਼ਹੀਦ ਵੀ ਹੋ ਜਾਵੇ ਤਾਂ ਕੋਈ ਗੱਲ, ਕਿਉਂਕਿ ਇਹ ਕੰਮ ਬਹੁਤ ਰੇਅਰ ਇੱਦਾਂ ਦੇ ਕੰਮ ਹੁੰਦੇ ਨਹੀਂ। ਸੋਹੀ ਸਾਹਿਬ ਤੁਸੀਂ ਉਸ ਤੋਂ ਬਾਅਦ ਜਵਾਨ ਹੋ ਕੇ ਆਏ ਹੋ ਵਾਪਸ, ਅਤੇ ਮੈਂ ਬੇਨਤੀ ਕਰਾਂਗਾ ਕਿ ਇਹ ਅਰਦਾਸ ਫਿਲਮ ਦੇ ਵਿੱਚ ਸਿਰਫ ਪੈਸਾ ਨਹੀਂ ਲੱਗਾ, ਪੈਸਾ ਹਰ ਫਿਲਮ 'ਤੇ ਲੱਗਦਾ ਜਿਹੜੀ ਸ਼ਾਇਦ ਕਈ ਵਾਰੀ ਲੋਕਾਂ ਨੂੰ ਪਸੰਦ ਆਉਂਦੀ, ਕਈ ਵਾਰੀ ਲੋਕ ਕਹਿੰਦੇ ਵੀ ਕਿਉਂ ਬਣਾਈ ਗਈ, ਪੈਸਾ ਸੈਕੰਡਰੀ ਆਈਟਮ ਇਨੀ ਇਹਦੇ ਵਿੱਚ ਬਹੁਤ ਪਿੱਛੇ ਰਹਿ ਜਾਂਦਾ। ਇਹਦੇ 'ਚ ਹਰ ਕਲਾਕਾਰ ਦੀ, ਰਾਈਟਰ ਤੋਂ ਲੈ ਕੇ ਐਡੀਟਰ ਤੋਂ ਲੈ ਕੇ ਮਿਊਜ਼ਿਕ ਡਾਇਰੈਕਟਰ ਤੋਂ ਲੈ ਕੇ ਸਿੰਗਰਸ ਤੋਂ ਲੈ ਕੇ ਹਰ ਪਰਫਾਰਮਰ ਦੀ ਇਹਦੇ ਵਿੱਚ ਰੂਹ ਲੱਗੀ ਹੈ, ਔਰ ਸਾਰਿਆਂ ਨੇ ਸੋਚਿਆ ਕਿ ਇਹ ਅਸੀਂ ਇੱਕ ਨਾਯਾਬ ਤੋਹਫ਼ਾ ਪੰਜਾਬੀ ਇੰਡਸਟਰੀ ਨੂੰ ਦੇਣਾ। ਸੋ ਮੈਂ ਰਿਕੁਐਸਟ ਕਰਾਂਗਾ ਕਿ ਅਸੀਂ ਆਪਣੇ ਆਪਣੇ ਲੈਵਲ 'ਤੇ ਜਿੱਥੇ ਇਸ ਫਿਲਮ ਨੂੰ ਸਾਰੇ ਪ੍ਰਮੋਟ ਕਰ ਰਹੇ, ਪਿਆਰ ਦੇ ਰਹੇ, ਇਸ ਫਿਲਮ ਨੂੰ ਆਪਣੀ ਇੱਕ ਪੰਜਾਬੀਅਤ ਦੇ ਨਾਤੇ, ਪੰਜਾਬੀ ਹੋਣ ਦੇ ਨਾਤੇ ਨੈਤਿਕ ਜ਼ਿੰਮੇਵਾਰੀ ਸਮਝ ਕੇ ਇਸ ਫਿਲਮ ਨੂੰ ਜਿਸ ਲੈਵਲ 'ਤੇ ਅਸੀਂ ਪ੍ਰਮੋਟ ਕਰ ਸਕਦੇ ਹਾਂ ਜ਼ਰੂਰ ਕਰੀਏ, ਵਰਨਾ ਫਿਲਮਾਂ 'ਤੇ ਇਸ ਤੋਂ ਬਾਅਦ ਫਿਰ ਸਾਡੀਆਂ ਲਾਈਨ ਅਪ ਨੇ ਉਹ ਵੀ ਆਉਣੀਆਂ ਸਾਰੀਆਂ, ਪਰ ਇਹ ਇੱਕ ਡਿਫਰੈਂਟ ਤਰ੍ਹਾਂ ਦੀ ਮੂਵੀ ਹੈ, ਇਹਨੂੰ ਆਪਾਂ ਜ਼ਰੂਰ ਵਧੀਆ ਤਰੀਕੇ ਨਾਲ ਪ੍ਰਮੋਟ ਕਰੀਏ। ਔਰ ਮੈਂ ਸਾਗਾ ਤੋਂ ਸਾਡੇ ਸਾਹਮਣੇ ਰਮਨ ਚੰਦਾ ਸਾਹਿਬ ਬੈਠੇ ਨੇ ਜੀ, ਮੈਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਕਿ ਪੰਜਾਬੀ ਇੰਡਸਟਰੀ ਦੇ ਨਾਲ ਹਮੇਸ਼ਾ ਇਹਨਾਂ ਨੇ ਅਤੇ ਇਹਨਾਂ ਦੇ ਬੱਚਿਆਂ ਨੇ, ਇਹਨਾਂ ਦੇ ਜਿਹੜੇ ਪੁੱਤਰ ਨੇ ਉਹ ਸਾਰੇ ਇਹਨਾਂ ਦੇ ਮਗਰ ਐਂਡ ਹਾਜ਼ਰ ਰਹਿੰਦੇ ਨੇ ਆਲਵੇਜ਼ ਤਿਆਰ ਪਰ ਤਿਆਰ ਕੇ ਜੋ ਆਦੇਸ਼ ਹੁੰਦਾ, ਔਰ ਪੰਜਾਬੀ ਇੰਡਸਟਰੀ ਨੂੰ ਇਸ ਵੇਲੇ ਇਹਨਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ। ਥੈਂਕ ਯੂ ਸੋ ਵੈਰੀ ਮੱਚ ਭਾਅ ਜੀ ਸੁਮਿਤ ਜੀ ਔਰ ਮਨਚਿੰਦਰ ਸਾਹਿਬ,
ਮੈਂ ਇੱਕ ਵਾਰੀ ਫਿਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਰਦਾਸ ਫਿਲਮ ਨੂੰ ਆਪਣੇ ਲੈਵਲ 'ਤੇ ਜਿਵੇਂ ਜਿਵੇਂ ਅਸੀਂ ਪ੍ਰਮੋਟ ਕਰ ਸਕਦੇ ਹਾਂ ਜ਼ਰੂਰ ਕਰੀਏ। ਔਰ 19 ਜੁਲਾਈ ਤੋਂ ਬਾਅਦ ਤੁਹਾਨੂੰ ਬਹੁਤ ਖੁਸ਼ੀ ਹੋਏਗੀ ਕਿ ਇਸ ਫਿਲਮ ਦੇ ਅਸੀਂ ਮਿਊਜ਼ਿਕ ਰਿਲੀਜ਼ ਤੋਂ ਲੈ ਕੇ ਅੱਜ ਤੱਕ ਇਸ ਫਿਲਮ ਦੇ ਨਾਲ ਜੁੜੇ ਹੋਏ, ਇੱਕ ਬਹੁਤ ਵੱਡੀ ਤੁਹਾਡੇ ਵਾਸਤੇ ਆਪਣੇ ਆਪ ਦੇ ਵਿੱਚ ਪੰਜਾਬੀ ਇੰਡਸਟਰੀ ਦੀ ਪ੍ਰਾਪਤੀ ਹੈ। ਸੋ ਮੈਂ ਇੱਕ ਵਾਰੀ ਫਿਰ ਗਿੱਪੀ ਗਰੇਵਾਲ ਹੋਣਾ ਦਾ, ਹੰਬਲ ਮੋਸ਼ਨ ਪਿਕਚਰਸ ਦਾ, ਮੈਂ ਸਾਡੇ ਸਾਗਾ ਮਿਊਜ਼ਿਕ ਦਾ ਜਿੱਥੇ ਧੰਨਵਾਦ ਕਰਦਾ, ਉੱਥੇ ਮੈਂ ਸੀਨੀਅਰ ਸਾਡੇ ਮੈਂ ਸਾਰਿਆਂ ਦਾ ਨਾਮ ਲਵਾਂਗਾ ਤਾਂ ਫਿਰ ਉਹ ਗੱਲ ਲੜਾਈ ਵਿੱਚ ਬੱਲੇ ਬੱਲੇ ਨਹੀਂ ਸੱਸਦੇ, 17 ਕੁੜੀਆਂ ਅਤੇ ਮੱਥਾ ਟੇਕਦੀ ਨੂੰ ਵੱਜ ਕੇ 12 ਇੱਥੇ ਨਾ 12 ਹਜ਼ਾਰ ਮੈਂ। ਸੋ ਮੈਂ ਭਾਅ ਜੀ ਯੋਗਰਾਜ ਉਹਨਾਂ ਦੀ ਔਰ ਨਿਰਮਲ ਰਿਸ਼ੀ ਜੀ ਦੀ ਪ੍ਰੈਜੈਂਸ ਨੂੰ ਬਲੈਸਿੰਗ ਸਮਝ ਕੇ ਮੈਂ ਚਾਹਾਂਗਾ ਕਿ ਆਪਾਂ ਹੁਣ ਚੈਪਟਰ 2 ਜਿਹੜਾ ਉਹ ਵੀ ਦੇਖੀਏ। ਮੈਂ ਸਾਹਮਣੇ ਜਾ ਕੇ ਦੇਖਦਾ, ਆ ਜਾਓ ਭਾਅ ਜੀ ਇੱਕ ਮੈਂ ਥੱਲੇ ਜਾਵਾਂਗਾ ਫੇਰ ਚਲਾਇਆ। ਥੈਂਕ ਯੂ ਸੋ ਵੈਰੀ ਮੱਚ ਤੁਹਾਡਾ ਸਾਰਿਆਂ ਦਾ ਆਉਣ ਲਈ, ਅਰਦਾਸ ਨੂੰ ਆਪਣੀ ਸਪੋਰਟ ਦੇਣ ਲਈ, ਆਪਣੇ ਪੈਸੇ ਦੇਣ ਲਈ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।